ਕਿਆ ਹੁੰਦੀ ਆ ਕਿ ਦੱਸਾਂ ਪਤਾ ਫਿਰ ਤੈਨੂੰ ਜੀਤਾ ਧੀਆਂ ਤਾਂ ਰਾਜੇ ਰਾਣਿਆਂ ਨੇ ਨਹੀਂ ਰੱਖੀਆਂ ਵਿਆਹ ਤਾਂ ਤੈਨੂੰ ਕਰਵਾਉਣਾ ਪਊ ਜੇ ਤੂੰ ਅੱਜ ਵੀ ਉਹਨੂੰ ਪਿਆਰ ਕਰਦੇ ਨਾ ਫਿਰ ਤੂੰ ਜਾ ਸਕਦੀ ਆ ਮੈਂ ਜਾ ਸਕਦੀ ਹਾਂ ਸਾਰੇ ਚੱਕਰ ਤਾਂ ਜ਼ਮੀਨ ਦੇ ਨੇ ਸਾਰੇ ਪੁਆੜਿਆਂ ਦੀ ਜਿਹੜੀ ਜ਼ਮੀਨ ਆ ਤਾਂ ਇੱਥੇ ਬੈਠਾ ਵੈਸੇ ਸਹੀ ਕਹਿੰਦੀ ਆ ਮਾਸੀ ਜੇ ਮੈਂ ਗੁੱਸੇ ਨਾਲ ਇਹਦੇ ਨਾਲ ਚੱਲੂੰਗੀ ਫਿਰ ਤਾਂ ਇਹ ਮੇਰੇ ਨਾਲ ਐਂ ਕਰੀ ਜਾਓ ਫਿਰ ਤਾਂ ਇਹਨੇ ਮੈਨੂੰ ਜ਼ਿੰਦਗੀ ਵੀ ਨਹੀਂ ਜੀਣ ਦੇਣੀ ਅਤੇ ਨਾ ਹੀ ਅੱਗੇ ਜੋ ਮੈਂ ਕਰਨਾ ਨਾ ਮੈਂ ਉਹ ਕਰ ਪਾਊਂਗੀ ਜੇ ਮੈਂ ਪਿਆਰ ਨਾਲ ਰਹਾਂ ਤਾਂ ਫਿਰ ਤਾਂ ਮੈਂ ਸਭ ਕੁਛ ਕਰ ਸਕਦੀ ਹਾਂ ਰਾਜਵੀਰ ਤਾਂ ਹੁਣ ਛੱਡ ਗੱਲ ਸੁਣਿਓ ਜੀ ਹੋਏ ਹਾਂ ਕੀ ਹੋ ਗਿਆ ਤੈਨੂੰ ਤੁਸੀਂ ਸੁੱਤੇ ਪਏ ਸੀ ਆਹੋ ਸੁੱਤਾ ਪਿਆ ਸੀਗਾ ਆਲੋ ਜੀ ਪਾਣੀ ਪੀ ਲਓ ਜੀ ਕਿੱਥੋਂ ਲੱਗ ਗਿਆ ਲੈ ਦੱਸੋ ਮੈਂ ਤੁਹਾਨੂੰ ਜੀ ਨਹੀਂ ਕਹਿ ਸਕਦੀ ਹੁਣ ਤੁਸੀਂ ਮੇਰੇ ਹੀ ਤਾਂ ਹੋ ਲੱਗਦਾ ਫਿਰ ਮਾਸੀ ਨੇ ਸਮਝਾਤੀ ਹੈ ਹਾਂ ਪਾਣੀ ਪੀਓ ਹਾਂ ਕੋਈ ਨਹੀਂ ਮੈਂ ਪੀ ਲੂੰਗਾ ਅਤੇ ਮਾਸੀ ਬਾਗੀ ਨਹੀਂ ਅੰਦਰ ਹੀ ਆ ਜੋ ਆਪਾਂ ਇਕੱਠੇ ਚਾਹ ਪੀਂਦੇ ਹਾਂ ਨਾਲੇ ਤੁਸੀਂ ਐਵੇਂ ਇਕੱਲੇ ਜੇ ਰਹਿੰਦੇ ਹੋ ਮੇਰਾ ਤਾਂ ਜੀ ਜਿਹਾ ਨਹੀਂ ਲੱਗਦਾ ਤੁਸੀਂ ਪਾਣੀ ਤਾਂ ਪੀਓ ਹਾਂ ਮੈਂ ਪੀਨਾ ਚੱਲ ਤੂੰ ਚੰਗੀ ਨਹੀਂ ਲੱਗਦੀ ਉਰੇ ਬੈਠੀ ਅਤੇ ਨਾਲੇ ਉਹ ਮੁੰਡੇ ਆ ਰਿਹਾ ਮੇਰੇ ਲਈ ਗੱਡੀ 'ਚ ਅਤੇ ਜਾ ਤੂੰ ਮੈਂ ਆਉਣਾ ਆ ਜਿਓ ਜੀ ਹੈ ਹਾਂ ਹਾਂ ਆ ਰਿਹਾ ਮੈਂ ਨਹੀਂ ਮੇਰੇ ਹੱਥੋਂ ਪਾਣੀ ਪੀ ਲਾ ਤੇਰਾ ਕੀ ਪਤਾ ਸਾਲੀ ਪਾਗਲ ਦਾ ਬਸ ਪਾ ਕੇ ਦੇ ਜੇ ਸਾਰੀ ਜ਼ਮੀਨ ਜਾਇਦਾਦ ਦੀ ਮਾਲਕ ਬਣ ਜਾਏਗੀ ਨਾਲੇ ਬਣਾ ਦੇਗੀ ਰਾਜਵੀਰ ਨੂੰ ਤਾਂ ਦਿਮਾਗ 'ਚ ਇਹੋ ਜਿਹਾ ਕੁਛ ਚੱਲਦਾ ਰਹਿੰਦਾ ਗਾ ਛੜਿਆ ਲੈ ਦੇਖ ਲਾ ਉੱਧਰ ਉਹਦੀ ਮਾਂ ਦੇਖ ਲਾ ਉਹ ਪਤਾ ਨਹੀਂ ਕਿਹੜੇ ਖਸਮ ਨਾਲ ਨਿਕਲੀ ਆ ਆ ਬਾਈ ਉੱਤੇ ਆ ਪੈਣਾ ਦਾ ਤਾਂ ਆ ਜਾ ਪੁੱਤ ਹੋਰ ਮਾਸੀ ਠੀਕ ਹੋ ਹਾਂ ਹਾਂ ਪੁੱਤ ਵਧੀਆ ਅੱਛਾ ਤੇ ਕੀ ਕਹਿੰਦੀ ਫਿਰ ਜੀਤਾ ਸਮਝਾਤੀ ਹਾਂ ਹਾਂ ਮੈਂ ਸਮਝਾਤੀ ਤੇ ਮੈਂ ਇਹਨੂੰ ਸਾਰੀ ਗੱਲ ਸਮਝਾਤੀ ਤੂੰ ਹੁਣ ਫਿਕਰ ਨਾ ਕਰ ਠੀਕ ਰਹੂ ਹੁਣ ਇਹ ਤੇਰੇ ਨਾਲ ਚਲੋ ਉਹੀ ਆ ਵਧੀਆ ਠੀਕ ਰਹੇ ਆਪਾਂ ਇਹਨਾਂ ਕੁਛ ਕਰਿਆ ਵੀ ਹਨਾ ਆਪਾਂ ਚੰਗੇ ਵਾਸਤੇ ਸੋਚਦੇ ਇਹਦੇ ਹਾਂ ਪੁੱਤ ਮੈਨੂੰ ਪਤਾ ਸਾਰਾ ਹੋਰ ਕੋਈ ਨਾ ਮੈਂ ਉਹਦੀ ਚੰਗੀ ਕਲਾਸ ਲਾਈ ਆ ਕੋਈ ਨਾ ਜੇ ਕੋਈ ਗੱਲਬਾਤ ਹੋਈ ਮੈਨੂੰ ਫਿਰ ਦੱਸੀ ਤੂੰ ਹਾਂ ਮੈਂ ਤੁਹਾਨੂੰ ਫੋਨ ਕਰਕੇ ਨਹੀਂ ਬੁਲਾਉਂ ਫਿਰ ਹੋਰ ਕੀ ਬਣਦਾ ਗਾ ਇਹਦਾ ਹੌਲੀ ਹੌਲੀ ਸਮਝੂ ਗੱਲ ਇਹ ਇੱਕੋ ਲੱਖ ਤਾਂ ਤੁਹਾਨੂੰ ਪਤਾ ਔਖਾ ਗਾ ਹਨਾ ਚੱਲ ਕੋਈ ਨਾ ਪੁੱਤ ਨਾਲੇ ਨਿਆਣੀ ਆ ਉਹ ਹੌਲੀ ਹੌਲੀ ਲੀ ਤੇ ਲੈ ਆ ਤੁਹਾਨੂੰ ਲਿਆ ਕੇ ਤਾਂ ਕੋਈ ਖਾਣ ਪੀਣ ਨੂੰ ਜਿੱਤ ਨਹੀਂ ਪੁੱਤ ਮੈਂ ਕੁਝ ਨਹੀਂ ਖਾਣਾ ਪੀਣਾ ਮੈਂ ਜਾਨੀ ਆ ਹੁਣ ਕਾਹਨੂੰ ਜਾਨੇ ਖੜ ਜਾ ਚਾਹ ਤਾਂ ਪੀਓ ਰੋਟੀ ਬਣਾਓ ਹਜੇ ਜੀਤਾ ਨਾ ਨਾ ਮੈਂ ਸਾਰਾ ਕੁਝ ਖਾ ਪੀ ਕੇ ਆਈ ਸੀ ਜੀਤਾ ਚਾਹ ਤਾਂ ਲਿਆ ਫਿਰ ਮਾਸੀ ਵਾਸਤੇ ਜਾਊਗੀ ਪੁੱਤ ਰਹਿਣ ਦੇ ਮੈਂ ਕੁਝ ਨਹੀਂ ਖਾਣਾ ਪੀਣਾ ਕੋਈ ਨਹੀਂ ਮਾਸੀ ਜੀ ਹੁਣ ਆਏ ਹੋ ਏਡੀ ਦੂਰੋਂ ਇੱਕ ਚਾਹ ਦਾ ਗਲਾਸ ਨਹੀਂ ਦੋ ਵਾਰ ਚਾਹ ਪੀ ਲਈ ਨੂੰ ਪੁੱਤੇ ਦਾ ਕਾਲ ਜਿਆਦਾ ਭਾਰੀ ਹੋ ਜਾਂਦਾ ਗਾ ਕੁਝ ਨਹੀਂ ਹੁੰਦਾ ਚਾਹ ਨਾਲ ਹੀ ਸਰੀਰ ਚੱਲਦਾ ਐ ਪੁੱਤ ਚਾਹ ਤਾਂ ਪੀਣੀ ਨਹੀਂ ਸੀ ਮੈਂ ਤੇ ਜਾ ਬਾਲ ਹੀ ਬਣਦਾ ਗਾ ਨਾ ਨਾ ਕੁਝ ਨਹੀਂ ਹੁੰਦਾ ਮੁੰਡੇ ਨੂੰ ਵੀ ਲਿਆ ਕੇ ਦੇ ਇਹਨਾਂ ਨੇ ਤਾਂ ਪੀ ਲਈ ਸੀ ਦੋ ਵਾਰੀ ਪੀ ਲਿਆ ਜੀ ਮੈਂ ਨਹੀਂ ਪੀਂਦਾ ਚਾਹ ਤਾਂ ਮੈਂ ਤਾਂ ਗਰਮੀ ਕਰਕੇ ਬਹੁਤ ਘੱਟ ਪੀਂਦਾ ਜੀ ਬਸ ਇਹੀ ਪੀਂਦੀ ਆ ਜਿਆਦਾ ਜਾਂ ਤਾਂ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਖੁਸ਼ ਰਹੋ ਚੰਗਾ ਜੇ ਕੋਈ ਗੱਲਬਾਤ ਹੋਈ ਮੈਂ ਫੇਰ ਆ ਜਾਊਂਗੀ ਮੈਨੂੰ ਬੁਲਾ ਲਿਓ ਨਹੀਂ ਕੋਈ ਗੱਲ ਨਹੀਂ ਹੋਊਗੀ ਮਾਸੀ ਜਿਵੇਂ ਤੁਸੀਂ ਕਿਹਾ ਨਾ ਮੈਂ ਉਵੇਂ ਹੀ ਕਰੂੰਗੀ ਦੇਖ ਲੈ ਪੁੱਤ ਠੀਕ ਆ ਹੁਣ ਖੁਸ਼ ਰਹੋ ਹਾਂ ਪਰ ਮੈਂ ਤਾਂ ਕੁਛ ਜਿਹਾ ਸ਼ਾਂਤੀ 'ਚ ਹੋ ਗਿਆ ਮੈਂ ਤਾਂ ਹਰੇਕ ਚੀਜ਼ ਲਿਆ ਕੇ ਦਿੰਦਾ ਤੈਨੂੰ ਕਿਹਾ ਵੀ ਬੋਲ ਜੇ ਘੁੰਮਣ ਜਾਣਾ ਕਿਸੇ ਪਾਸੇ ਕਿਤੇ ਵੀ ਜਾਣਾ ਜੋ ਤੂੰ ਕਹਿਣੇ ਮੈਂ ਤਾਂ ਕਰੂੰਗਾ ਆਪੇ ਬਸ ਜਦ ਮੂੰਹ ਨਾਲ ਬੋਲਦੀ ਫਿਰ ਬੰਦਾ ਕੀ ਕਰੇ ਤੁਸੀਂ ਆਪ ਸਿਆਣੇ ਹੋ ਹਨਾ ਚਲੋ ਹੁਣ ਬਸ ਵੀ ਕਰੋ ਕਹਿਤਾ ਨਾ ਕਿ ਸੌਰੀ ਚੱਲ ਹੁਣ ਸ਼ਿਕਾਇਤ ਤਾਂ ਲਾਉਣੀ ਆ ਮਸ ਆਈ ਆ ਮਾਸੀ ਵੀ ਫਿਰ ਹੋਰ ਕਿਹਦੇ ਲਈ ਲਾਈਏ ਸਹੀ ਗੱਲ ਆ ਚੱਲ ਕੋਈ ਨਾ ਪੁੱਤ
ਬਹਿ ਜਾ ਹੁਣ, ਖੜੀ ਕੀ ਕਰਦੀ ਹੈਗੀ, ਬਸ ਮੈਂ ਬਹਿ ਮਾਸੀ ਲੋਏ ਕਰ ਗੱਲ ਬਾਤ। ਤੂੰ ਚਾਹ ਪਾ ਲਿਆਉਂਦੀ? ਨਹੀਂ ਬਸ ਮੈਂ ਤਾਂ ਆਪ ਪੀ ਕੇ ਹਟੇ ਸੀਗੇ ਅਸੀਂ ਦੋਨੋਂ ਹੀ। ਅੱਜ ਤਾਂ ਰਹੇਗੀ ਮਾਸੀ? ਨਾ ਨਾ ਪੁੱਤ, ਘਰ ਡੰਗਰਾਂ ਪਸ਼ੂਆਂ ਦਾ ਕਰਨ ਵਾਲਾ ਕੋਈ ਨਹੀਂ। ਮਾਸ ਸੜਿਆ ਕਿਤੇ ਹੈਗਾ? ਓਹੋ ਉਹ ਕਿੱਥੇ ਆ, ਉਹ ਤਾਂ ਨੈਣਾ ਦੇਵੀ ਗਿਆ ਹੋਇਆ। ਚਲ ਕੋਈ ਨਹੀਂ ਮਾਸੀ, ਆਪਾਂ ਹੀ ਭਗ ਚੱਲਾਂਗੇ ਨੈਣਾ ਦੇਵੀ ਵਾਲੀ, ਕਿੱਡੀ ਗੱਲ ਹੈਗੀ। ਓਹੋ ਵੇ ਟੁੱਟ ਪੈਣੇ, ਮੈਥੋਂ ਕੀ ਕਰਾਉਣਾ, ਇਹਨੂੰ ਲੈ ਕੇ ਜਾ। ਉਹ ਮੈਂ ਕਹਿਣ ਦਾ ਭਾਵ ਇਹ ਸੀ ਵੀ ਇਕੱਠੇ ਬਾ ਚੱਲਾਂਗੇ, ਤਾਂ ਹੋਰੇ ਪਾਸੇ ਲੈ ਜਾਈਏ। ਨਾ ਨਾ ਪੁੱਤ, ਤੁਸੀਂ ਦੋਨੇ ਜਾ ਆਇਓ, ਮੇਰਾ ਕੀ ਕੰਮ ਉੱਥੇ? ਕੰਮ ਕਿਉਂ ਨਹੀਂ ਹੈਗਾ ਮਾਸੀ, ਸਾਰੇ ਜਾਂਦੇ ਸਾਰੇ ਕੰਮ ਵਾਸਤੇ ਥੋੜੀ ਜਾਂਦੇ ਹੈਗੇ, ਮੱਥਾ ਟੇਕ ਕੇ ਦਰਸ਼ਨ ਕਰਕੇ ਆਵੇ, ਪਹਾੜਿਆਂ 'ਚ ਘੁੰਮ ਆਵਾਂਗੇ, ਇੱਥੇ ਸਾਰੇ ਦਿਨ ਖੇਤਾਂ 'ਚ ਫਿਰੀ ਜਾਂਦੇ ਹੈਗੇ। ਚੱਲ ਕੋਈ ਨਾ ਪੁੱਤ, ਫਿਰ ਦੇਖਾਂਗੇ, ਫਿਲਹਾਲ ਤੁਸੀਂ ਜਾਇਓ ਦੋਨੇ ਜਾਣੇ। ਉਹ ਮਹਾਬਾਗ ਚੱਲਦੀ ਨਾਲੇ ਤਾਂ, ਚੱਲ ਆਇਆ ਚੱਲ ਰਿਹਾ ਹੁਣ ਤਾਂ। ਚੱਲ ਕੋਈ ਨਾ ਪੁੱਤ, ਤੁਸੀਂ ਜਾਇਆ ਵੋ, ਤੇਰਾ ਮਾਸੜ ਵਗ ਗਿਆ, ਨਹੀਂ ਤਾਂ ਫਿਰ ਆਪਾਂ ਇਕੱਠੇ ਹੀ ਬਾਗ ਚੱਲਦੇ ਸਾਰੇ। ਫਿਰ ਮਾਸੀ ਮਾਸੜ ਤਾਂ ਸਾਈਕਲ ਤੇ ਗਿਆ ਹੋਊਗਾ ਨੈਣਾ ਦੇਵੀ? ਨਾ ਨਾ ਪੁੱਤ, ਮੋਟਰਸਾਈਕਲ ਤੇ ਗਏ ਨੇ। ਅੱਛਾ ਮੋਟਰਸਾਈਕਲ ਤੇ ਗਏ ਨੇਗੇ, ਹਾਂ ਚੱਲ ਵਧੀਆ, ਉਹ ਵੀ ਠੀਕ ਆ। ਮੈਂ ਤਾਂ ਕਹਿੰਦੀ ਆ ਤੂੰ ਲੈ ਜੀ ਇਹਨੂੰ, ਨਹੀਂ ਮਨ ਕੁਛ ਹੋਰ ਹੋ ਜਾਊਗਾ। ਮੈਂ ਕਹਣਾ ਉਹਨਾਂ ਪਹਾੜ ਤੁੱਟੇਗੀ ਜੇ ਤਾਂ ਮੋਟਾ ਦਿਮਾਗ ਹੀ ਆ। ਨਹੀਂ ਪੁੱਤ, ਇਹ ਤਾਂ ਨਹੀਂ ਪਤਾ, ਫਿਰ ਮੈਂ ਛਾਟ ਮਾਰਦੀ, ਮੈਨੂੰ ਤਾਂ ਜਾਣਾ ਮੋੜਾ ਜੇ ਚ। ਕੁਛ ਨਹੀਂ ਕਹਿੰਦੀ, ਮੈਂ ਸਮਝਾ ਕੇ ਤੋਰੋ। ਮੈਨੂੰ ਤਾਂ ਡਰ ਲਾ, ਤੂੰ ਦੀ ਨਾਲ ਐ ਚੱਲ ਵੀ ਸਾਮੀ ਜਾਂਦੀ ਹਨਾ, ਵੀ ਉੱਥੇ ਜਲੂਸ ਹੀ ਆ ਕੱਢੇ ਤਾਂ ਕੋਈ ਪਤਾ ਨਹੀਂ। ਚੱਲ ਕੋਈ ਨਾ, ਬਾਕੀ ਦੇਖਦੇ ਆ ਤੇਰੇ ਮਾਸੜ ਨੂੰ ਆ ਜਾਣਾ। ਹੋਰ ਕਹਿੰਦੇ ਤੂੰ ਜਾ ਆਇਆ, ਮੈਂ ਵੀ ਜਾ ਆਇਆ ਮਾਂ। ਚੱਲ ਕੋਈ ਨਾ ਪੁੱਤ, ਤੇਰਾ ਮਾਸੜ ਆ ਜਾਊ ਕਦੇ ਤੇ ਫਿਰ ਆਪਾਂ ਦੇਖਦੇ ਆ। ਕਿਉਂ ਜੀ, ਤਾਂ ਚੱਲੀਏ? ਨਹੀਂ ਮੈਂ ਨਹੀਂ ਜਾਣਾ, ਮੇਰਾ ਮਨ ਨਹੀਂ ਆ ਹਜੇ, ਘਰ ਦੇ ਕੰਮ ਹੀ ਬਹੁਤ ਹੁੰਦੇ ਨੇ। ਆਹੋ ਚੱਲ ਛੱਡ ਪਰਾਂ ਮਾਸੀ। ਤੂੰ ਪੁੱਤ ਮੰਨ ਲਿਆ ਕਰ ਕਹਿਣਾ। ਨਹੀਂ ਮਾਸੀ, ਹਜੇ ਨਹੀਂ ਜਾਣਾ, ਥੋੜਾ ਟਾਈਮ ਰੁਕ ਕੇ ਚੱਲਾਂਗੇ। ਗਾਹਾਂ ਚੱਲਾਂਗੇ ਜਦੋਂ ਹੋ ਗਏ ਸਿਆਲ ਜਾ ਕੇ ਨਾ, 12ਵੇਂ 13ਵੇਂ ਮਹੀਨੇ ਚ ਉਹ ਚੱਲਾਂਗੇ। ਚੱਲ ਕੋਈ ਨਾ ਪੁੱਤ, ਚੰਗਾ ਫਿਰ ਮੈਂ ਤਾਂ ਜਾਣੀ ਆ। ਹੈ ਕਿਉਂ ਰਹਿ ਜਾਂਦੇ? ਨਹੀਂ ਪੁੱਤ, ਨਹੀਂ ਰਹਿ ਨਹੀਂ ਸਕਦੀ, ਘਰੇ ਡੰਗਰਾਂ ਪਸ਼ੂਆਂ ਦਾ ਸਾਰਾ। ਸਾਡੇ ਮੈਂ ਜੀ ਸੁਣ ਵਾਲੀ ਦੀ, ਮੈਂ ਕਹਿੰਦਾ ਰਹਿ ਜਾਂਦੀ ਤੂੰ। ਨਹੀਂ ਨਹੀਂ ਪੁੱਤ, ਰਹਿ ਨਹੀਂ ਸਕਦੀ, ਘਰੇ ਸਰਦਾ ਨਹੀਂ ਹੈਗਾ। ਚੱਲ ਠੀਕ ਆ ਪੁੱਤ, ਚੰਗਾ ਧਿਆਨ ਰੱਖਿਓ, ਚੰਗਾ ਮੈਂ ਜਾਣੀ ਆ, ਫੇਰ ਆਉਂਗੀ ਮੈਂ ਖੁੱਲੇ ਟਾਈਮ ਚ। ਹਾਂ ਕਦੇ ਆਇਓ, ਕਦੇ ਰਾ ਕੇ ਜਾਓ ਰਾਤ, ਹਨਾ? ਕੋਈ ਨਾ ਕੋਈ ਨਾ ਪੁੱਤ, ਕੋਈ ਨਾ। ਹੋਰ ਚਲ ਮੜਾ ਛੱਡਿਆ ਮਾਸੀ ਨੂੰ ਗੇਟ ਤੱਕ, ਇੱਥੇ ਬੈਠੀ ਆ ਜਮੀ, ਦਿਮਾਗ ਦਾ ਕੰਮ ਹੀ ਨਹੀਂ। ਕੋਈ ਨਾ ਕੋਈ ਨਾ, ਬਸ ਕੀ ਕਹਾਂ ਮਾਸੀ। ਸਤਿ ਸ਼੍ਰੀ ਅਕਾਲ ਪੁੱਤ। ਭਾਬੀ ਕਿੱਥੇ ਬੇਬੇ? ਕਿਹੜੀ ਭਾਬੀ? ਰਾਜਵੀਰ ਦੀ ਬਹੂ। ਵੀ ਤੂੰ ਉਹਨੂੰ ਕਿਵੇਂ ਜਾਣਦਾ? ਮੈਂ ਸਵਾਲ ਜਿਹਾ ਪੁੱਛਣਾ ਸੀਗਾ ਇੱਕ। ਤੂੰ ਸਾਡੇ ਘਰੇ ਕਦੋਂ ਆਇਆ ਸੀ ਪਹਿਲਾਂ? ਬੋਲ ਡਿੱਗੀ ਸੀ, ਮੈਂ ਉਹ ਚੱਕਣ ਆਇਆ ਸੀਗਾ। ਉਹ ਤਾਂ ਭਾਈ ਪੇਕੇ ਗਈ ਹੋਈ ਆਪਦੇ। ਠੀਕ ਹੈ, ਜਦੋਂ ਆ ਗਈ ਕਰਕੇ ਲੈ ਜੀ। ਲੈ ਸੁਣ ਲੈ, ਇੱਕ ਦਿਨ ਆਈ ਆ ਖਾਣੀ ਨਾ, ਸਾਰੇ ਪਿੰਡ 'ਚ ਢੋਲ ਵੱਜ ਗਿਆ। ਸੁਣ ਲੈ, ਮੈਂ ਤਾਂ ਵੀਆਂ 'ਚ ਲੁਕਾਉਂਦੀ ਫਿਰਦੀ ਹਾਂ, ਪੜ੍ਹਦੇ ਖਾਣੀ ਕੰਜਰੀ ਨੇ ਘੰਟੇ ਦੋ ਲਾਏ ਨੇ ਖਾਣੀ ਨਾ, ਸਿਰ 'ਤੇ ਮਿੱਟੀ ਪੱਟ ਗਈ। ਲੈ ਰਾਜਵੀਰ ਦੀ ਬਹੂ ਕਹਿੰਦਾ, ਰਾਜਵੀਰ ਨੂੰ ਹੀ ਡੰਡਿਆ ਗਿਆ। ਨਾ ਨਹੀਂ ਭਾਈ, ਸੱਚੀ ਗੱਲ ਹੈ, ਲੋਕ ਤੱਕ ਨਾ ਜੇਡਾ ਕੁ ਫੰਗ ਹੁੰਦਾ, ਡਰ ਬਣਾ ਕੇ ਤਾਹਾਂ ਚਾੜਦੇ ਨੇ ਭੈਣ ਦੇ ਖਾਸਮ। ਨਹੀਂ ਮਾੜੇ ਦੀ ਗੱਲ ਤਾਂ ਊਈਂ ਚੱਕਦੇ ਨੇ ਬੇੜੀ ਬੈਠੀ ਵਾਲੇ। ਆ ਜੀ ਤਾਂ ਮੈਂ ਖੇਤ ਜਾ ਕੇ ਆਉਣਾ, ਠੀਕ ਆ? ਮੈਨੂੰ ਮੇਰੀ ਗੱਲ ਸੁਣੋ, ਮੈਨੂੰ ਵੀ ਲੈ ਜਾਓ। ਕਿਉਂ, ਤੈਂ ਕੀ ਕਰਨਾ ਆਉਣਾ? ਮੇਰਾ ਘਰੇ ਜੀ ਨਹੀਂ ਲੱਗਦਾ। ਉੱਥੇ ਕਿਹੜਾ ਬਨਸਰ ਬਾਗ ਆਈ ਭੈਣ ਦੀ ਲੁੱਡੀਆਂ ਪਾਏਗੀ। ਪਤਾ ਕੀ ਆ, ਮੈਂ ਵੀ ਦੇਖ ਲਓ ਨਾ ਕਿੰਨਾ ਟਾਈਮ ਹੋ ਗਿਆ, ਹੁਣ ਤਾਂ ਖੇਤ ਵੀ ਨਹੀਂ ਕਦੇ ਗਈ। ਤੂੰ ਯਾਰ ਘਰੇ ਰਹਿ, ਉਹ ਇੱਥੇ ਪਿੰਡ 'ਚ ਮੇਰਾ ਸਿਆਪਾ ਛੱਡ ਜੂ ਰਹਿਣ ਦੇ। ਕੁਛ ਨਹੀਂ ਛੱਡਦਾ, ਮੈਂ ਤੁਹਾਡੇ ਨਾਲ ਹੀ ਰਹੂੰਗੀ, ਪਲੀਜ਼ ਮੈਨੂੰ ਲੈ ਚੱਲੋ ਨਾ, ਪਲੀਜ਼। ਚੱਲ ਆ ਜਾ ਫਿਰ, ਹੁਣ ਮੁੜ ਆਵਾਂਗੇ। ਠੀਕ ਆ, ਮੈਂ ਤੁਰ ਕੇ ਜਾਊਂ, ਮੈਂ ਸਕੂਟਰੀ ਨਹੀਂ ਲੈ ਕੇ ਜਾਂਦਾ। ਹਾਂ ਫਿਰ ਤੁਰ ਕੇ ਚੱਲਦੇ। ਕਿ ਸਕੂਟਰੀ ਲੈ ਕੇ ਚੱਲੀਏ? ਨਹੀਂ ਨਹੀਂ ਤੁਰ ਕੇ ਚੱਲਦੇ। ਚਲੋ ਚਲ, ਤੈਨੂੰ ਕਿਹਾ ਸੀ ਵੀ ਨਾ, ਉਰੇ ਜਿਹੜਾ ਖੱਬਲ ਹੋ ਰਿਹਾ ਹੈਗਾ। ਫਿਰ ਕੀ ਹੁੰਦਾ? ਉਹ ਇੱਥੇ ਤੇਰੇ ਲੜ ਜੂਗੀ ਸਾਪਾ, ਫਿਰ ਔਖਾ ਹੋ ਜੂ ਟਾਂਟਾ। ਘਰੇ ਰੱਖਦੇ ਹੋ ਤੁਸੀਂ ਮੈਨੂੰ? ਮੇਰਾ ਸਾਲਾ ਉਹ ਫਿਰਦਾ। ਕੌਣ? ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਚੱਲ ਤੂੰ ਸਾਹਮਣੇ ਜਾ, ਤੈਂ ਕੱਖੜੀਆਂ ਲੈਣੀ ਨੇ, ਇਹਨੂੰ ਬਚਾਉਣ ਦੇ ਅੱਜ। ਇਹ ਵੀ ਕੀ ਜਾਣੇ।
ਕੀ ਬੋਲੀ ਜਾਂਦੇ ਹੋ? ਕੁਛ ਨਹੀਂ ਕੁਛ ਨਹੀਂ, ਆ ਮੈਂ ਕਹਿੰਦੀ ਆਪਣੀ ਮੋਟਰ ਆ ਗਈ। ਹੋਰ ਫਿਰ ਇਹ ਕੀ ਰੀਅਨ ਹੈ? ਮੈਂ ਤੁਹਾਨੂੰ ਤਾਂ ਹੀ ਲੈ ਕੇ ਨਹੀਂ ਆਉਂਦਾ ਮੋਟਰ 'ਤੇ। ਤਾਂ ਆਪਾਂ ਬਾਹਰ ਚੰਗੇ ਥੋੜ੍ਹਾ ਲੱਗਦੇ ਹਾਂ। ਕੁਛ ਨਹੀਂ, ਆਪਣੀ ਮੋਟਰ ਉਹਦੇ ਕੋਈ ਨਹੀਂ ਆਉਂਦਾ ਹੈਗਾ। ਜੇ ਮਰਜ਼ੀ ਇੰਜੋਏ ਕਰ, ਜਾਮਣਾ ਲੈਣੇ ਜਾਮਣਾ ਲੈ, ਕੁਛ ਮਰਜ਼ੀ ਖਾ ਪੀ ਐਸ਼ ਕਰ, ਰਹਿਣ ਦੇਖ ਕਿੰਨੀ ਸੋਹਣੀ ਹਵਾ ਚੱਲਦੀ ਹੈਗੀ। ਨਹਾਉਣਾ ਤਾਂ ਨਹੀਂ ਖੇਡ 'ਚ? ਪਾਗਲ ਥੋੜ੍ਹਾ, ਕੋਈ ਪਤਾ ਨਹੀਂ ਮੈਂ ਕਿਧਰ ਕਹਿ ਦਿੰਦੀ ਹਾਂ ਫਿਰ, ਕਿਉਂਕਿ ਮੇਰਾ ਜੀ ਨਹੀਂ ਲਵਾਇਆ ਮੋਟਰ 'ਤੇ ਲੈ ਕੇ ਗਿਆ ਸੀਗਾ। ਆਹ ਦੇਖ ਆਪਣੀ ਜੀਰੀ ਕਿੰਨੀ ਘੈਂਟ ਖੜੀ। ਇੱਧਰ ਆ ਵੀ ਕੀਲੇ ਆਪਣੇ, ਤੈਨੂੰ ਪਤਾ ਹੀ ਹੋਊਗਾ ਇਹ ਤਾਂ। ਮੈਨੂੰ ਮੇਰੇ ਵਾਲੇ ਖੇਤਾਂ ਦੀ ਯਾਦ ਜੀ ਆਉਂਦੀ ਆ। ਤੇਰੀ ਨੇ ਵੀ ਇਹ ਕਿਹੜੇ ਕਿਸੇ ਹੋਰ ਦੇ ਨੇਗੇ? ਪਰ ਉਹ ਵੀ ਦੇਖਿਓ ਕਿੱਡੀ ਕਿੱਡੀ ਹੋ ਗਈ ਹੋਣੀ ਨਾ ਜੀਰੀ ਉਹ ਵੀ। ਕੋਈ ਨਹੀਂ, ਆਪਾਂ ਉੱਧਰ ਵੀ ਕੀੜਾ ਮਾਰਿਆ, ਮੈਂ ਕਿੱਡੀ ਗੱਲ ਹੈਗੀ ਇੱਕ ਦਿਨ ਜਾ ਕੇ। ਠੀਕ ਆ ਠੀਕ ਆ ਨਾ, ਇਹ ਨਾ ਤੂੰ ਟੈਨਸ਼ਨ ਲੈ। ਅਤੇ ਕੀ ਮੰਜਾ ਕੱਢਾ ਅੰਦਰੋਂ ਹੈ ਬਾਈ ਜੀ? ਨਹੀਂ ਬਸ ਕੋਈ ਨਹੀਂ। ਅੱਛਾ ਚੱਲ ਇੱਧਰ ਬਟ ਦੇ, ਇੱਧਰ ਗੀੜਾ ਮਾਰ ਕੇ ਆਈਏ। ਚਲੋ ਆਇਆ ਭੱਜਿਆ। ਜੀਤਾ ਓਏ ਆ ਜਾ, ਭੈਣ ਦੇ ਯਾਰ ਇਕੱਠੇ ਮੈਥੋਂ ਦੇਖੇ ਨਹੀਂ ਜਾਂਦੇ ਹੈਗੇ। ਆ ਜੀਤਾ ਦਾ ਨਾ ਜੀ ਕਰਦਾ ਨਾ, ਆ ਜ਼ਮੀਨ ਜੀ ਸਾਰੀ ਵੇਚੇ ਦੇਵਾਂ। ਸਾਰੀ ਕਿੰਨੀ ਕੁ ਹੈ ਵੀ ਥੋੜ੍ਹੀ ਆ ਮੇਰੇ ਕੋਲ, ਇਹਨਾਂ ਦੇ ਨਾ ਮੂੰਹ ਲੱਗਣ ਨੂੰ ਜੀ ਨਹੀਂ ਕਰਦਾ ਗਿਆ ਮੇਰਾ ਤਾਂ। ਉਹ ਆਸ਼ਕਾਂ ਨਾਲ ਤਾਂ ਮੁੱਢ ਤੋਂ ਹੋਈ ਮਾੜੀ ਆ, ਲੋਕ ਰਵਾ ਕੇ ਹੱਸਦੇ ਮਾਰਦੇ ਤਾੜੀ ਆ। ਆਸ਼ਕਾਂ ਨਾਲ ਤਾਂ ਮੁੱਢ ਤੋਂ ਕਿਉਂ ਹੀ ਤਾਂ ਚੱਲ ਰੁਕ ਕੇ ਚੱਲਦੇ ਆ ਨਾ, ਦੇਖਿਓ ਕਿੰਨੀ ਠੰਡੀ ਠੰਡੀ ਹਵਾ ਚੱਲਦੀ ਆ। ਹਵਾ ਤਾਂ ਚੱਲਦੀ ਆ ਠੰਡੀ ਠੰਡੀ, ਇੱਧਰ ਵੀ ਠੰਡ ਪਾ ਦਿੰਦੇ ਮੈਂ ਕਹਾਂ। ਝਾਕਦਾ ਤੀ ਸਾਹ ਕੀ ਬੋਲੀ ਜਾਂਦੇ ਤੁਸੀਂ? ਮੇਰੀ ਗੱਲ ਸੁਣੋ, ਜਾਮਣਾ ਦੇਖਿਓ ਕੱਚੀਆਂ ਕੱਚੀਆਂ ਨੇ ਹਨਾ। ਹਾਂ ਚੱਲ ਤੋੜ ਲੈ, ਤੈਨੂੰ ਲਿਆ ਦੇਣਾ ਡੰਡਾ, ਲਿਆ ਕੇ ਦਾਮਾ ਅੰਦਰੋਂ ਮੈਂ ਤੈਨੂੰ ਤੋੜ ਲੈਂਦੇ ਹਨਾ। ਆਜੋ ਆਪਾਂ ਦੋਨੇ ਤੋੜਦੇ ਹਾਂ ਨਾ। ਹਾਂ ਮੈਂ ਡੰਡਾ ਲੈ ਕੇ ਆਉਣਾ, ਚੱਲ ਤੂੰ ਦੇਖ ਇੰਨੇ ਜੇ ਪਈਆਂ ਨੇ ਡਿੱਗ ਡੁੱਗੇ ਚੁੱਕ ਜਾਊਂਗਾ, ਡੰਡਾ ਤਾਂ ਲਿਆ ਦਾ ਤੈਨੂੰ। ਅੱਛਾ ਮੈਂ ਚੁਗੂੰਗੀ ਹੁਣ, ਉਹ ਫਿਰ ਚੱਲ ਮੈਂ ਤੋੜ ਦੂੰ ਤੂੰ ਚੁਗ ਲਈ। ਆਜੋ ਨਾ ਗਲ ਤੱਕ ਭਰਿਆ ਪਿਆ ਜੱਟੀ ਮੇਰਾ ਹੱਥ ਨਹੀਂ ਜਾਂਦਾ ਹੋਣਾ, ਹੁਣ ਡੰਡਾ ਤਾਂ ਲਿਆਉਣੀ ਸੀ ਉਹਦੇ ਨਾਲ ਤੋੜ ਦੇ। ਅੱਛਾ ਹੋਰ ਇਦਾਂ ਟੁੱਟ ਜਾਣਗੇ ਆ, ਦੇਖੋ ਨਾ ਐਂ ਤਾਂ ਕਦੇ ਕੁੱਦ ਨਾ ਜਾਈ, ਐਂ ਇੱਥੇ ਜਾਮਣਾ ਜੇ ਤਾਂ ਲੱਗੇ ਹੋਣ ਫਿਰ ਤਾਂ ਇਹਨੂੰ ਹਲਿਆ ਦਿੰਦੇ। ਚੱਲ ਛੱਡ ਪਰਾਂ ਜਾਮਣਾ ਨੂੰ ਕੀ ਹੋਇਆਗਾ, ਫੇਰ ਲਿਆ ਦੂੰ ਮੈਂ ਤੋੜ ਕੇ। ਉਹ ਦੇਖੋ ਕਿੰਨਾ ਸੋਹਣਾ ਨਾ ਉੱਧਰ ਸਾਰਾ ਕੁਝ। ਮੇਰੀ ਸੁਣ ਲਾ ਗੱਲ, ਚਿੜੀਆਂ ਚਲਾਕੀਆਂ ਤੂੰ ਕਰਦੀ ਹੈ ਨਾ, ਇੰਨਾ ਭੋਲਾ ਮੈਂ ਹੈ ਨਹੀਂ ਗਾ। ਦੇ ਤੂੰ ਜਾਮਣਾ ਹੀ ਆ, ਮੈਨੂੰ ਸਭ ਪਤਾ ਵੀ ਉਹਦੇ ਵਿੱਚ ਚਲਿੱਤਰ ਕਰਦੇ ਵੀ ਲੰਘਿਆ ਜਾ ਰਿਹਾ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਆ, ਮੈਂ ਤਾਂ ਸਿਰਫ ਉਹਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ। ਜਾਣਦਾ ਜਦੋਂ ਸਾਹਮਣੇ ਖੜਾ ਸੀ ਉਹ ਤਾਂ ਖੁਸ਼ ਹੋਈ ਨਹੀਂ ਗੀ, ਹੁਣ ਤੂੰ ਕਹਿੰਦੀ ਮੈਂ ਖੁਸ਼ ਹੋ ਕੇ ਦਿਖਾਉਣੀ ਹੈ, ਹੁਣ ਤਾਂ ਪਤੰਦਰ ਲੰਘ ਗਿਆ ਹੁਣ ਕਿਵੇਂ ਦਿਖਾਉਣੀ ਹੈ। ਤੁਸੀਂ ਤਾਂ ਇਹ ਗੁੱਸਾ ਕਰਦੇ ਹੋ, ਆ ਦੇਖਿਓ ਵਿਆਹ ਹੋ ਗਿਆ ਹੁਣ ਆਪਣਾ, ਮੈਂ ਕਿਉਂ ਕਿਸੇ ਬਗਾਨੇ ਮੁੰਡੇ ਵੱਲ ਝਾਕੂੰਗੀ? ਮੂੰਹ ਨਾ ਲਟਕਾਓ। ਤੈਨੂੰ ਝਾਕਣ ਵਾਸਤੇ ਥੋੜੂ ਕਹਿੰਦਾ ਸੀ ਮੈਂ, ਤੁਰਕੀ ਜਾਣਾ ਸੀਗਾ, ਉਹ ਤਾਂ ਸਾਲੇ ਦੇ ਆਪ ਹੀ ਅੱਗ ਲੱਗੀ ਜਾਂਦੀ। ਵਿਆਹ ਹੋ ਗਿਆ, ਕਿੰਨੀ ਵਾਰੀ ਸਮਝਾਵਾਂ, ਆ ਜਾਓ। ਇਹ
ਇੱਕ ਤਾਂ ਮੈਨੂੰ ਘਰ ਦਾ ਨਹੀਂ ਪਤਾ, ਮਿਲਦਾ ਆਹੀ ਆ ਆਹ ਆਉਂਦਾ ਮੁੰਡਾ, ਇਹਨੂੰ ਪੁੱਛਦੀ ਆ ਬੇ ਪੁੱਤ ਉਰੇ ਆ ਆਪਣੇ ਰਾਜ। ਸਤਿ ਸ਼੍ਰੀ ਅਕਾਲ ਪੁੱਤ, ਰਾਜਵੀਰ ਕਾ ਘਰ ਕਿਹੜਾ ਗਾ? ਆਤੀ। ਅੱਛਾ ਤੂੰ ਇੱਥੇ ਰਹਿਣਾ? ਹਾਂ ਜੀ, ਮੈਂ ਗਵਾਂਢੀਆਂ ਦਾ ਬੁੱਢਾ ਜੀ। ਅੱਛਾ ਅੱਛਾ ਪੁੱਤ ਠੀਕ ਆ। ਤੁਸੀਂ ਕੌਣ ਜੀ? ਮੈਂ ਤਾਂ ਪੁੱਤ ਇਹਨਾਂ ਰਿਸ਼ਤੇਦਾਰ ਹੈਗੀ। ਚੱਲ ਠੀਕ ਆ ਪੁੱਤ, ਜਿਉਂਦਾ ਰਹਿ। ਰਾਜਵੀਰ। ਹਾਂ ਬਈ, ਕੌਣ ਹੈ ਗਾਹਾਂ? ਅੱਜ ਭਾਈ ਆ ਜਾ ਭਾਈ। ਸਤਿ ਸ਼੍ਰੀ ਅਕਾਲ ਮਾਤਾ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਮੈਂ ਤਾਂ ਤੁਹਾਨੂੰ ਪਛਾਣਿਆ ਨਹੀਂ ਕਿੱਥੋਂ। ਮੈਨੂੰ ਪਤਾ ਪਛਾਣੋ ਵੀ ਕਿਵੇਂ, ਮੈਂ ਤਾਂ ਜੀਤਾਂ ਦੀ ਮਾਸੀ ਹੈਗੀ। ਨਹੀਂ ਭਾਈ, ਜੀਤਾਂ ਕੇ ਨਾਲ ਤਾਂ ਸਾਡੀ ਹੁਣ ਜਮੀ ਨਹੀਂ ਰਹੀ। ਦੇਖ ਮੇਰੀ ਗੱਲ ਸੁਣ ਲੈ, ਗੁੱਸਾ ਤਾਂ ਕਰੀ ਨਾ, ਮੇਰਾ ਪੁੱਤ ਤਾਂ ਸਮਾਂ ਉਹਨਾਂ ਨੇ ਨਸ਼ਿਆਂ 'ਤੇ ਲਾਤਾ। ਉਹਦੀ ਮਾਂ ਨੇ ਪਤਾ, ਨਹੀਂ ਤਾਂ ਮੇਰੇ ਪੁੱਤ ਦੀ ਹਦਕ ਕਰਕੇ ਘਰੋਂ ਕੱਢਤਾ, ਨਾਲੇ ਮੇਰੀ ਹਦਕ ਕਰਕੇ। ਦੇਖ ਲਿਆ ਉਹ ਫਿਰਦੀ ਕਿੱਥੇ ਹੈ, ਮੇਰੇ ਪੁੱਤ ਦੇ ਆਉਣ ਨੂੰ ਕਹਿੰਦੀ। ਚੱਲ ਗਰੀਬੀ ਮੇਰੀ ਤਾਂ ਕਰਮਾਂ ਦੀ ਹੈ। ਅਸੀਂ ਤਾਂ ਉਹਨੂੰ ਸੱਚੀ ਗੱਲ ਦੱਸੀ ਭਾਈ, ਸਾਡੇ ਕੋਲ ਜ਼ਮੀਨ ਦੇ ਤਾਂ 8-10 ਕਿੱਲੇ ਨੇ। ਇਹਦਾ ਡੈਡੀ ਦਾਰੂ ਵਾਲੀ ਪੀਂਦਾ ਸੀ ਰਾਜਵੀਰ ਦਾ, ਉਹ ਭਾਈ ਤੇਰੇ ਕੋਲ ਵਾਹ ਕੇ ਗਹਿਣੇ ਕਰ ਗਿਆ। ਸਾਡੇ ਕੋਲ ਤਾਂ 2 ਕਿੱਲੇ ਨੇ ਭੈਣੇ। ਮੈਂ ਤਾਂ ਘਰੇ ਗਈ, ਉਹਨੇ ਮੇਰੇ ਨਾਲ ਇੰਨੀ ਕੁੱਤੇ ਖਾਣ ਬਣਾਈ, ਮੈਂ ਤਾਂ ਬਸ ਚੁੱਪ ਕਰਕੇ ਐਂ ਝੋਲ 'ਚ ਪਵਾ ਕੇ ਸਾਰਾ ਮੁੜੇ ਸਭ ਦੀ ਕੁੱਟ ਭਰ ਕੇ। ਉਹ ਤਾਂ ਤੁਹਾਡੀ ਗੱਲ ਠੀਕ ਆ ਮਾਤਾ, ਮੇਰੀ ਗੱਲ ਸੁਣੋ, ਜੀਤਾਂ ਦੀ ਤਾਂ ਕੋਈ ਬਸ ਦੀ ਗੱਲ ਨਹੀਂ, ਉਹ ਤਾਂ ਬੇਬਸ ਹੋਈ ਪਈ ਆ। ਉਹ ਦੇਖੋ ਉਹਦਾ ਵਿਆਹ ਹੋ ਗਿਆ ਹੈ ਨਾ, ਬਹੁਤ ਕਸੂਤੀ ਫਸੀ ਪਈ ਆ ਉਹ। ਮੈਂ ਤਾਂ ਤੁਹਾਡੇ ਮੂਹਰੇ ਹੱਥ ਜੋੜ ਕੇ ਹੀ ਕਹਿੰਦੀ ਹਾਂ, ਤੁਸੀਂ ਕਿਵੇਂ ਨਾ ਕਿਵੇਂ ਕਰਕੇ ਜੀਤਾਂ ਨੂੰ ਇਸ ਘਰ 'ਚ ਲੈ ਆਵੋ। ਦੇਖ ਭੈਣੇ, ਹੱਥ ਨਾ ਤੂੰ ਜੋੜ, ਆਪਾਂ ਸਾਰੀ ਧੀਆਂ ਆ, ਹੁਣ ਤਾਂ ਵਿਆਹ ਹੋ ਗਿਆ, ਗੱਲ ਨਿਬੜ ਗਈ, ਹੁਣ ਕੀ ਫਾਇਦਾ? ਨਾ ਨਾ ਮਾਤਾ, ਗੱਲ ਨਿਬੜੀ ਨਹੀਂ, ਗੱਲ ਤਾਂ ਹਜੇ ਸ਼ੁਰੂ ਹੋਣੀ ਆ। ਲੈ ਪੁੱਤ ਆ ਗਿਆ ਰਾਜਵੀਰ ਵੀ, ਬੇ ਕੁਰਸੀ ਚੱਕ ਕੇ ਉਰੇ ਭੈਣ ਕੋਲੇ ਆ। ਸਤਿ ਸ਼੍ਰੀ ਅਕਾਲ ਪੁੱਤ। ਅੱਛਾ ਇਹ ਆ ਰਾਜਵੀਰ। ਹਾਂ ਦੇਖ ਲਾ, ਇਹਦੇ ਤਾਂ ਮੇਰਾ ਪੁੱਤ ਆ, ਗੱਲਾਂ ਦੇ ਹਾਲ ਕਰਤਾ ਉਹਨੇ, ਤੂੰ ਉਹਦਾ ਨਾਂ ਲੈਣੀ, ਜਿਹੜੀ ਮੈਂ ਤਾਂ ਅਜੇ ਵੀ ਗੱਲ ਸੁਣ ਕੇ ਮੱਚ ਗਈ। ਕੌਣ ਬੇ? ਇਹ ਤਾਂ ਜੀਤਾਂ ਦੀ ਮਾਸੀ ਹੈ। ਸੁਣ ਲੈ ਭਾਈ, ਤੂੰ ਹੀ ਗੱਲ ਕਰ ਲੈ, ਮੈਂ ਤਾਂ ਹੁਣ ਕੁਛ ਕਰਨ ਜੋਗਰੀ ਨਹੀਂ, ਨਾ ਮੈਂ ਥਾਂ ਤੇ ਆਉਂਦਾ ਕੋਈ ਗੱਲ ਦਾ। ਹੁਣ ਬੇਬੇ ਕੀ ਪਾਉਣ ਨੂੰ ਕੱਢਣ ਨੂੰ ਰਹਿ ਗਿਆ, ਗੱਲਾਂ ਤਾਂ ਜਿਹੜੇ ਕਰ ਰਹੇ ਨਿਬੜ ਗਈਆਂ। ਮੈਂ ਤਾਂ ਆਪ ਕਿਹਾ ਇਹਨੂੰ, ਮੈਂ ਕਿਹਾ ਦੇਖ ਮੇਰੇ ਪੁੱਤ ਦੀ ਹੱਦ ਕਰਕੇ ਘਰੋਂ ਕੱਢਤਾ, ਮੈਂ ਕੱਢਤੀ, ਦੂਜੇ ਸਿਰ ਉਹਨੇ ਵਿਆਹ ਕਰਾ ਲਿਆ। ਹੁਣ ਭਾਈ ਐਂ ਕਹਿੰਦੀ ਹੈ, ਕਹਿੰਦੀ ਉਹਦੇ ਬਸ ਦੀ ਗੱਲ ਨਹੀਂ, ਉਹ ਔਖੀ ਹੈ, ਫਿਰ ਆਪਾਂ ਵੀ ਸਕਾਲੀ ਕਿਵੇਂ ਕਰਾਂਗੇ ਉਹਨੂੰ? ਉਹ ਤਾਂ ਜੀ ਮੈਨੂੰ ਕਹਿੰਦੀ ਮੈਂ ਵਿਆਹ ਨਹੀਂ ਕਰਾਉਂਦੀ ਜੀ ਉਹਦੇ ਨਾਲ, ਨਾਲੇ ਆਪ ਹੀ ਭੱਜ ਕੇ ਵਿਆਹ ਕਰਵਾ ਲਿਆ। ਮੇਰੀ ਗੱਲ ਸੁਣ ਪੁੱਤ, ਤੈਨੂੰ ਪੂਰੀ ਗੱਲ ਦਾ ਪਤਾ ਹੀ ਨਹੀਂ। ਨਹੀਂ ਮੈਨੂੰ ਸਾਰੀ ਗੱਲਾਂ ਦਾ ਪਤਾ, ਹੁਣ ਮੈਂ ਖੇਤੋਂ ਆਇਆ ਤੇ ਉੱਥੇ ਹੱਸਣ ਡੈਰੀ ਤੇ ਉਹਦੇ ਨਾਲ ਚੰਗੀ ਆ, ਉਹਦਾ ਖੁਸ਼ ਆ ਨਾ, ਜਿੱਥੇ ਖੁਸ਼ ਰਵੇ ਆਪਦਾ। ਹੁਣ ਮੇਰੀ ਗੱਲ ਤਾਂ ਸੁਣ ਲਾ ਪੁੱਤ, ਪਹਿਲਾਂ ਮੈਂ ਇਹੀ ਗੱਲ ਕਰਨ ਵਾਸਤੇ ਆਈ ਆ, ਉਹਨੇ ਆਪਦੀ ਮਰਜ਼ੀ ਨਾਲ ਵਿਆਹ ਥੋੜੀ ਕਰਵਾਇਆ। ਮਰਜ਼ੀ ਨਾਲੇ ਕਰਾਇਆ ਜੀ, ਮੈਂ ਤਾਂ ਲੈ ਕੇ ਆ ਗਿਆ ਸੀ ਇਹਨੂੰ, ਆਪੇ ਗਈ ਆ ਰਾਤ ਨੂੰ ਭੱਜ ਗਈ ਉਰੋਂ। ਉਹਦੇ ਘਰ ਵਾਲਾ ਨੂੰ ਚੱਕ ਕੇ ਲੈ ਕੇ ਗਿਆ। ਉਹ ਸਾਰੇ ਝੂਠਦੇ ਤੇ ਡਰਾਮੇ ਨੇ ਜੀ, ਤਾਂ ਖੁਸ਼ ਆ ਗਈ ਉਹਦੇ ਨਾਲ, ਮੈਂ ਹੁਣ ਮੋਟਰ ਤੇ ਦੇਖ ਕੇ ਆਏਗਾ। ਕਾਹਨੂੰ ਖੁਸ਼ ਆ ਪੁੱਤ, ਤੂੰ ਸੁਣਤਾ ਲੈ, ਖਬਰ ਆਪਾਂ ਨੂੰ ਵਿੱਚੋਂ ਗੱਲ ਦਾ ਕੀ ਪਤਾ, ਤੈਨੂੰ ਕੋਈ, ਤੂੰ ਤਾਂ ਅੰਨਾ ਹੋ ਜਾਣਾ, ਕੱਲ ਪਟਾ ਲਿਖਾ ਕੇ ਉਦੋਂ ਤੈਨੂੰ ਪਤਾ ਹੀ ਲੱਗਿਆ ਇਹ ਗੱਲ ਸੀ, ਇਹਨੂੰ ਕੀ ਲੋੜ ਹੈ, ਇਹ ਕੋਈ ਚੱਜ ਦੀ ਗੱਲ ਕਰਨੀ ਤੇਰੇ ਕੋਲ? ਤੇਰੇ ਘਰੇ ਖੁਸ਼ੀ ਆਉਣਗੀਆਂ, ਤੇਰਾ ਕਰਜ਼ਾ ਉਤਰ ਜੂ, ਮੈਂ ਤਾਂ ਤੇਰੇ ਭਲੇ ਬਾਰੇ ਸੋਚਦੀ ਹਾਂ, ਜੇ ਜੀਤਾਂ ਇਸ ਘਰ 'ਚ ਆਊ ਨਾ ਉਹ ਖੁਸ਼ ਨਾਲੇ ਤੂੰ ਖੁਸ਼। ਨਾ ਸੋਨੂੰ ਜੀਤਾਂ ਨੇ ਭੇਜਿਆ ਜੀ? ਹਾਂ ਮੈਨੂੰ ਜੀਤਾਂ ਨੇ ਭੇਜਿਆ, ਉਹ ਬਹੁਤ ਔਖੀ ਆ ਪੁੱਤ, ਬਹੁਤ ਕਸੂਤੀ ਫਸੀ ਪਈ ਆ। ਮੈਂ ਤੇਰੇ ਮੂਹਰੇ ਹੱਥ ਬੰਨ ਕੇ ਬੇਨਤੀ ਕਰਦੀ ਹਾਂ, ਉਹਨੂੰ ਕਿਵੇਂ ਨਾ ਕਿਵੇਂ ਕਰਕੇ ਉਸ ਘਰ 'ਚੋਂ ਕੱਢ ਲਾ, ਜਿੰਨਾ ਹੋ ਸਕਿਆ ਮੈਂ ਸਾਥ ਦਊਂ। ਚੱਲ ਕੋਈ ਨਾ, ਤੂੰ ਹੱਥ ਨਾ ਬੰਨ, ਗੱਲ ਤਾਂ ਊਂ ਵੀ ਕਰ ਲੈ, ਪਰ ਊਂ ਸਾਡਾ ਮਨ ਨਹੀਂ ਮੰਨਦਾ ਉਹਦੇ ਨਾਲ। ਨਾ ਹੁਣ ਤਾਂ ਜੀ ਵਿਆਹ ਹੋ ਗਿਆ, ਹੁਣ ਮੈਂ ਕਰ ਵੀ ਕੀ ਸਕਦਾ? ਫਰਕ ਪੈ ਗਏ ਦਿਲਾਂ 'ਚ, ਫਰਕ ਪੈ ਗਏ। ਨਹੀਂ ਪੁੱਤ, ਬਹੁਤ ਕੁਛ ਹੋ ਸਕਦਾ ਜੇ ਚਾਹੇ, ਜਦ ਮੈਂ ਖੜੀ ਹਾਂ ਨਾਲ। ਨਾ ਜੀ ਤਾਂ ਕਹਿੰਦੀ ਤਾਂ ਕੀ ਆ, ਦੱਸੋ ਤਾਂ ਸਹੀ। ਉਹ ਆਉਣਾ ਚਾਹੁੰਦੀ ਆ ਤੇਰੇ ਕੋਲ। ਅੱਛਾ, ਮੈਂ ਜ਼ਿੰਮੇਵਾਰੀ ਲੈਣੀ ਆ। ਚਲੋ ਜੇ ਇਹ ਗੱਲ ਆ ਨਾ, ਤਾਂ ਮੈਂ ਰਾਜ਼ੀ ਹਾਂ। ਰਾਜ਼ੀ ਤਾਂ ਹੈਗਾ,
ਗਾਦੇ ਨਾ ਤੂੰ ਗੇੜਾ ਖਾਇਆ ਕਰ, ਪਹਿਲਾਂ ਤੂੰ ਮਨ ਨੂੰ ਦੇਖ ਲੈ, ਪਹਿਲਾਂ ਵਾਂਗੂ ਨਾ ਤੈਨੂੰ ਡੋਬਾ ਦੇ ਜੇ। ਹੁਣ ਤਾਂ ਕਿਹਾ ਤਾਂ ਮੂੰਹ ਨੂੰ ਆਪਾਂ ਲੋਕਾਂ ਨੂੰ ਦਿਖਾਤਾ, ਫਿਰ ਦੂਰੀ ਗੇੜ ਕਿਵੇਂ ਦਿਖਾਵੇਗਾ ਕਿਸੇ ਨੂੰ? ਇਹਦੇ ਪੈ ਪੈਰੀ ਇਹਨੂੰ ਦੇਖ ਲੈ, ਭਾਵੇਂ ਬੈਠੀ ਹੈ, ਇਹਦੇ ਪੱਕੇ ਪੈਰੀ ਗੱਲ ਕਰ। ਤੁਸੀਂ ਤਾਂ ਆ ਗਏ ਜੀ ਉਹਦੀ ਮਾਂ, ਉਹ ਨਹੀਂ ਬੁਲਾਉਂਦੀ ਪਿਆ। ਉਹਦੀ ਮਾਂ ਦਾ ਕੀ ਦੱਸਾਂ, ਬੇਕਰ ਤੂਤੀ, ਉਹ ਤਾਂ ਆਪ ਕਿਸੇ ਨਾਲ ਭੱਜ ਗਈ। ਲੈ ਉਹਦੀ ਮਾਂ ਨਹੀਂ ਸਾਡੀ ਕੰਜਰੀ ਦੀ ਹਦਕ ਕਰੀ ਮਾਂ ਪੁੱਤਾਂ ਦੀ। ਉਹ ਤਾਂ ਛੱਡੋ ਤੁਸੀਂ, ਮੈਂ ਉਹਦੀ ਮਾਂ ਹੁਣ, ਮੈਂ ਗੱਲ ਕਰਨ ਆਈ ਹਾਂ ਨਾ, ਮੇਰੇ 'ਤੇ ਵਿਸ਼ਵਾਸ ਕਰ ਪੁੱਤ, ਜੀਤਾਂ ਨੂੰ ਰਿਲੇ ਆ। ਚਲੋ ਜੀ, ਤੁਹਾਡੀ ਗੱਲ ਮੰਨ ਲੈਂਦਾ ਮੈਂ, ਪਰ ਮੈਨੂੰ ਕਰਨਾ ਕੀ ਪਊਗਾ ਹੁਣ? ਬੇ ਪੁੱਤ, ਤੈਂ ਕੁਛ ਨਹੀਂ ਕਰਨਾ, ਕਰਨਾ ਕਰਾਉਣਾ ਸਾਰਾ ਕੁਛ ਮੈਂ ਹਾਂ, ਪਰ ਤੂੰ ਮੈਨੂੰ ਦੱਸ ਦਿਲ ਦੀ, ਤੂੰ ਕੁੜੀ ਨੂੰ ਰੱਖ ਕੇ ਰਾਜ਼ੀ ਹਾਂ? ਦੇਖੋ ਜੀ, ਰੱਖ ਕੇ ਤਾਂ ਮੈਂ ਰਾਜ਼ੀ ਹਾਂ, ਕਿਤੇ ਇਹ ਨਾ ਹੋਵੇ ਉਹ ਪਹਿਲਾਂ ਵਾਂਗੂ ਭੱਜ ਜੇ। ਓਏ ਨਹੀਂ ਨਹੀਂ ਪੁੱਤ, ਕਿਤੇ ਨਹੀਂ ਜਾਂਦੀ, ਮੇਰੀ ਜ਼ਿੰਮੇਵਾਰੀ ਆ। ਜ਼ਿੰਮੇਵਾਰੀ ਤਾਂ ਹੈਗੀ ਪੁੱਤ ਤੇਰੀ, ਤੂੰ ਘਰ ਆ ਗਈ, ਦੇਖ ਤੈਨੂੰ ਅਸੀਂ ਕਹਿੰਦੇ ਨਹੀਂ, ਤੇਰੀ ਮੰਨ ਵੀ ਲੈਂਦੇ ਵੀ ਹਾੜੇ ਤੀ ਐਂ ਕਹਿੰਦੇ ਸਾਨੂੰ ਪਹਿਲਾਂ ਵਾਂਗੂ ਕਾਲਸ ਦਾ ਪੋਚਾ ਲਾ ਜੀ। ਨਹੀਂ ਨਹੀਂ ਮਾਤਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਸਾਨੂੰ ਵੀ ਨਗਰ 'ਚ ਮੂੰਹ ਦਿਖਾਉਣਾ ਔਖਾ ਹੈ। ਮੈਨੂੰ ਪਤਾ, ਢਾਦੇ ਪਰਛਾਵੇਂ ਨੇ ਗਰੀਬੀ ਮੇਰੀ ਤਾਂ ਝੱਲੀ ਜਾਂਦੇ ਬੰਦੇ ਤੋਂ, ਵੀ ਚੱਲ ਜਿਹੜਾ ਕੁਛ ਉਹਦੇ ਕਰਮਾਂ 'ਚ ਚਾਹੇ ਇਹਦੇ 'ਤੇ, ਪਰ ਮੇਰਾ ਪੁੱਤ ਤਾਂ ਦੇਖ ਲੈ ਹਾਲੋਂ ਬੇਹਾਲ ਹੋਇਆ ਪਿਆ, ਸਿਉਂ ਨੇ ਵਰਗਾ ਤੀ, ਨਸ਼ੇ ਪੱਤਿਆਂ ਕੈਲ ਪੈ ਗਿਆ ਏ, ਉਹਦੇ ਦਰੇਕ 'ਚ ਹੀ ਮਰਿਆ ਫਿਰਦਾ ਸਾਰਾ ਦਿਨ, ਰੋਟੀ ਨਹੀਂ ਖਾਂਦਾ, ਰੱਜ ਕੇ ਸੌਂਦਾ ਨਹੀਂ। ਬੇਬੇ ਤੂੰ ਛੱਡ ਗੱਲਾਂ, ਇਹ ਉਹਦਾ ਵੀ ਇਹੀ ਹਾਲ ਆ, ਨਾ ਰੋਟੀ ਖਾਵੇ ਨਾ ਸੌਂਦੀ ਆ, ਸਾਰਾ ਦਿਨ ਰੋਈ ਜਾਂਦੀ ਆ, ਮੈਥੋਂ ਨਹੀਂ ਉਹਦੀ ਇਹ ਹਾਲਤ ਦੇਖੀ ਜਾਂਦੀ ਹੈਗੀ। ਪੁੱਤ ਦੇਖੀ ਤਾਂ ਮੇਰੇ ਤੋਂ ਮੇਰੇ ਪੁੱਤ ਦੀ ਹਾਲਤ ਵੀ ਨਹੀਂ ਜਾਂਦੀ, ਨਾ ਰੱਜ ਕੇ ਰੋਟੀ ਖਾਂਦਾ ਨਾ ਰੱਜ ਕੇ ਸੌਂਦਾ, ਪਰ ਜੇ ਜਿਵੇਂ ਤੂੰ ਕਹਿੰਦੀ ਹੈ, ਪਰ ਅਸੀਂ ਅੱਗੇ ਵਾਲਾ ਕੰਮ ਨਾ, ਮੈਨੂੰ ਆਹੀ ਡਰ ਲੱਗਦਾ। ਦੇਖੋ ਜੀ, ਮੈਨੂੰ ਤਾਂ ਜਿੱਤਾ ਚਾਹੀਦੀ ਆ, ਉਹ ਹੁਣ ਤੁਸੀਂ ਲੈ ਕੇ ਆਉਣੀ ਆ, ਜਿਵੇਂ ਮਰਜ਼ੀ ਲੈ ਕੇ ਆਓ। ਪੁੱਤ ਤੂੰ ਜਮਾਂ ਨਾ ਫਿਕਰ ਕਰ, ਬਸ ਜ਼ਿੰਮੇਵਾਰੀ ਤੁਹਾਡੀ ਹੋਵੇ। ਹਾਂ ਜ਼ਿੰਮੇਵਾਰੀ, ਤੂੰ ਬਸ ਵਿੱਚ ਚਾਹੀਦੇ ਸਾਨੂੰ, ਤੂੰ ਜਮਾਂ ਨਾ ਫਿਕਰ ਕਰ, ਜਿਵੇਂ ਮਰਜ਼ੀ ਕਰਕੇ ਮੈਂ ਜੀਤਾਂ ਨੂੰ ਰੇ ਲਿਆਉਂ, ਠੀਕ ਆ? ਅੱਗੇ ਵੀ ਕੋਈ ਦਿੱਕਤ ਨਹੀਂ ਆਊਗੀ। ਪਹਿਲਾਂ ਮਾਂ ਨੇ ਲੰਡਰ ਨੇ ਸਾਡੇ ਨਾਲ ਬੜਾ ਕੁਛ ਕਰਤਾ, ਧੱਕੇ ਦੇ ਕੇ ਕੱਢਤੇ ਬਾਰੇ। ਬਸ ਉਹ ਤਾਂ ਬੇਬੇ ਹੁਣ ਤੂੰ ਛੱਡ ਹੀ ਦੇ ਗੱਲ, ਚੱਲ ਮਿੱਟੀ ਪਾਵੇ ਤੇ ਜਿਹੜੇ ਗੱਲ, ਚੱਲ ਤੁਸੀਂ ਬੈਠੋ, ਮੈਂ ਚਾਹ ਕਰ ਕੇ ਲਿਆਉਂਗੀ। ਨਹੀਂ ਨਹੀਂ ਬੇਬੇ, ਮੈਂ ਚਾਹ ਨਹੀਂ ਪੀਣੀ, ਨਹੀਂ ਨਹੀਂ ਪੁੱਤ, ਹੁਣ ਮੈਨੂੰ ਕਾਹਲੀ ਆ, ਹੁਣ ਮੈਂ ਜਾਣੀ ਆ, ਕੋਈ ਨਾ ਮੈਂ ਗੱਲ ਅੱਗੇ ਵਧਾਉਣੀ ਆ ਫਿਰ। ਤੂੰ ਵੀ ਇੰਨੀ ਖੇਚਲਾ ਕਰਕੇ ਆਈ ਆ, ਹੁਣ ਚਾਹ ਦੇ ਘੁੱਟਦਾ? ਨਹੀਂ ਨਹੀਂ ਬੇਬੇ, ਕੋਈ ਨਾ, ਤੁਸੀਂ ਬੈਠੋ, ਨਾ ਤਾਂ ਗੱਲ ਵਧਾ ਲੈ, ਮੈਂ ਠੋਰ ਲੈ ਸਮਾਰ ਕੇ ਪਹਿਲਾਂ ਆਉਂ। ਜਮਾ ਨਾ ਫਿਕਰ ਕਰ ਬੇਬੇ, ਮੇਰੀ ਜ਼ਿੰਮੇਵਾਰੀ ਆ। ਬਸ ਠੀਕ ਹੈ, ਸਾਨੂੰ ਤੇਰੇ ਤੇ ਮਾਣ ਵੀ ਹੈ। ਚੰਗਾ ਬੇਬੇ, ਚੰਗਾ ਪੁੱਤ। ਲੈ ਬੇਬੇ, ਤੇਰੀ ਜੀਤਾਂ ਨੂੰ ਫਿਰ ਆ ਰਹੀ ਆ। ਜੀਤਾਂ ਤਾਂ ਆ ਰਹੀ ਆ, ਹੁਣ ਤੂੰ ਵੀ ਬੰਦਾ ਬਣ ਜਾ, ਉਹਦੇ ਕਿਹੜਾ ਮਾਂ ਕਰਨਾ, ਅਜੇ ਵੀ ਲੱਗੀ ਭਾਈ, ਉਹ ਦੇਖ ਅੱਗੇ ਤੇਲ ਦੇਖੇ, ਤੇਲ ਦੀ ਧਾਰ ਦੇਖੀਏ। ਦੇਖ ਬੇ, ਮੈਨੂੰ ਤਾਂ ਜੀਤਾਂ ਚਾਹੀਦੀ, ਮੈਨੂੰ ਹੋਰ ਕੁਛ ਵੀ ਨਹੀਂ ਚਾਹੀਦਾ। ਉਹ ਤਾਂ ਆਪ ਆਉਂਦੀ ਹੈ, ਉਹ ਤਾਂ ਆਪ ਕੰਜਰੀ ਕਹਿੰਦੀ ਰੋਟੀ ਨਹੀਂ ਖਾਂਦੀ। ਮੈਂ ਤਾਂ ਕਹਿੰਦਾ ਸੀ ਨਾ, ਹਾਂ ਵੀ ਜੀਤਾਂ ਮੇਰੇ ਨਾਲ ਧੋਖਾ ਨਹੀਂ ਕਰਦੀ। ਮੈਂ ਤਾਂ ਉਹਦੇ ਜੇ ਤੂੰ ਬੋਤਲ ਪੀਂਦਾ ਨਾ, ਤੇਰੀ ਬੋਤਲ ਦੇਖ ਕੇ ਮੈਂ ਤਾਂ ਮੱਚ ਜਾਣੀ, ਮੈਂ ਤਾਂ ਕਹਿੰਦਾ ਬੋਤਲ ਕਿਸੇ ਦੇ ਘਰੇ ਨਾ ਬੜੇ। ਮੈਂ ਤਾਂ ਕਹਿੰਦਾ ਚੱਲ ਤੇਰੀ ਰੋਟੀ ਪਾ ਕੇ ਦਿਓ ਜੇ, ਮੈਂ ਤਾਂ ਹਜੇ ਵੀ ਤੇਰੀ ਸਹਿਮਤ ਆ ਤੇਰੇ ਨਾਲ, ਪਰ ਤੂੰ ਪੁੱਤ ਹੁਣ ਧੋਖਾ ਨਾ ਖਾਈ। ਨਹੀਂ ਬੇਬੇ, ਤੂੰ ਹੁਣ ਜਮਾਂ ਫਿਕਰ ਨਾ ਕਰ, ਹੁਣ ਆਪਣੇ ਨਾਲ ਧੋਖਾ ਨਹੀਂ ਹੁੰਦਾ ਹੈਗਾ। ਵੇ ਚੰਗਾ, ਮੈਂ ਤੈਨੂੰ ਜਾਣਦੀ ਹਾਂ, ਤੂੰ ਤਾਂ ਲਾਈ ਲੱਗ ਹੈ, ਕਹਿੰਦੀ ਲਾਈ ਲੱਗ ਨਾ ਕਿਸੇ ਦਾ ਹੋਵੇ ਘਰ ਵਾਲਾ ਨਹੀਂ ਚੰਦਰਾ ਗਮਾਂਡ ਬੁਰਾ, ਤੂੰ ਵੀ ਲਾਈ ਲੱਗ ਹੈ। ਕਾਹਨੂੰ ਬੇਬੇ ਲਾਈ ਲੱਗ? ਚੱਲ ਮੇਰੀ ਗੱਲ ਸੁਣ, ਅੱਜ ਹੋਰ ਗੱਲਾਂ ਛੱਡ ਪਹਿਲਾਂ, ਪਹਿਲਾਂ ਚਾਹ ਬਣਾ ਲੈ, ਦੁੱਧ ਪੇ ਵਿੱਚ ਮਾਰ, ਮੁੱਠੀ ਚਾਹ ਦੀ ਵਿੱਚ ਮਾਰ ਚੀਨੀ, ਮੈਂ ਬਣਾਉਂਗਾ। ਤੂੰ ਬਣਾ ਕੇ ਲੈ ਦੇ ਮੈਨੂੰ, ਮੈਨੂੰ ਵੀ ਹੌਸਲਾ ਹੋਇਆ ਪਿਆ, ਜਾ ਰੁੜ ਜਾ, ਤੈਨੂੰ ਦੇਖਣ ਦਾ ਮੈਨੂੰ ਵੀ ਔਖਾ ਹੋਇਆ ਪਿਆ। ਚੱਲ ਅੱਜ ਬਣਾ ਦੇਣਾ, ਹੁਣ ਤਾਂ ਜਿੱਤਾ ਆ ਜਾਊਗੀ ਉਹਦੇ ਹੱਥ ਦੀ ਪਿਆ। ਚੱਲ ਆਓ, ਜਿੱਤੇ ਪਈਆਂ ਨੇ ਘੋਲ ਘੋਲ ਤੈਨੂੰ ਚੂਹਾਂ ਦੀਆਂ ਗੋਲੀਆਂ, ਫਿਰ ਪਤਾ ਲੱਗੂ, ਅਜੇ ਭਰੋਸਾ ਕਰਦਾ ਚੋਦਿਆ ਜਿੱਤਾਂ ਦਾ, ਜਿੱਤਾਂ ਜਿੱਤਾਂ ਕਰਦਾ ਫਿਰਦਾ ਤੀ। ਲੈ ਹੁਣ ਤੇਰੇ ਪੈ ਗਈ ਕਾਲ 'ਚ ਠੰਡ, ਐਂ ਪਤਾ ਘੜੋਗਾ ਤੇਰਾ ਚੱਕ ਦੇ ਕਿ ਮੇਰਾ ਚੱਕ ਦੇ, ਮੈਨੂੰ ਨਹੀਂ ਇਹ ਤੀਵੀਂ ਦਾ ਭਰੋਸਾ ਹੈਗਾ। ਲੈ ਸੱਚ, ਮੈਂ ਤਾਂ ਹੋਰ ਹੀ ਕੁਛ ਕਰੀ ਜਾਂਦੀ ਹਾਂ, ਮੈਂ ਤਾਂ ਫੋਨ ਕਰਨਾ ਸੀ ਨਵੀਂ ਨੂੰ। ਚੱਲ ਰਾਜਵੀਰ ਕੇ ਜਾ ਕੇ ਤਾਂ ਮੈਂ ਬਹੁਤ ਵਧੀਆ ਕੀਤਾ, ਕਮ ਸੇ ਕਮ ਇਹ ਗੱਲ ਦਾ ਤਾਂ ਪਤਾ ਲੱਗ ਗਿਆ ਵੀ ਰਾਜਵੀਰ ਨੂੰ ਤਾਂ ਸਿਰਫ ਜਿੱਤਾਂ ਹੀ ਚਾਹੀਦੀ ਆ ਅਤੇ ਨਵੀਂ ਨੂੰ ਚਾਹੀਦੀ ਆ ਜ਼ਮੀਨ। ਪੁਆਇੰਟ ਮੇਰੇ ਦੋਨੇ ਹੱਥ 'ਚ ਹੀ ਨੇ, ਠੀਕ ਆ, ਰਾਜਵੀਰ ਨੂੰ ਜਿੱਤਾਂ ਦੇ ਦਾਂਗੇ।
ਤੇ ਜ਼ਮੀਨ ਆਪਾਂ ਲਵਾਂਗੇ। ਜੀਤਾ ਮੇਰੇ ਹੱਥ 'ਚ ਆ, ਸੱਪ ਵੀ ਮਰ ਜੂ ਅਤੇ ਸੋਟਾ ਵੀ ਬਚ ਜੂ। ਇਹ ਤਾਂ ਮਹਿੰਦੋ ਸੋਨੇ 'ਤੇ ਸੁਹਾਗਾ ਹੋ ਗਿਆ। ਚੱਲ ਕਰਦੇ ਸ਼ੁਰੂ ਕੰਮ, ਪਹਿਲਾਂ ਨਵੀਂ ਨੂੰ ਫੋਨ ਲਾਵਾਂ। ਪਤਾ ਨਹੀਂ ਕਿੱਥੇ ਵਿਅਸਤ ਹੋਇਆ ਬੈਠਾ। ਹੈਲੋ, ਸਤਿ ਸ਼੍ਰੀ ਅਕਾਲ। ਹੋਰ ਨਵੀਂ ਕੀ ਹਾਲ ਆ ਪੁੱਤ? ਹਾਂ ਠੀਕ ਆ ਪੁੱਤ, ਵਧੀਆ। ਮੈਂ ਤਾਂ ਐਂ ਪੁੱਛਦੀ ਸੀ, ਮੈਂ ਕਿਹਾ ਕਿਵੇਂ ਆ ਜੀਤਾ ਹੁਣ ਤੇਰੇ ਨਾਲ, ਠੀਕ ਰਹਿੰਦੀ ਆ? ਨਾ ਕੋਈ ਨਾ ਪੁੱਤ, ਕੋਈ ਨਾ, ਮੈਂ ਦੁਬਾਰੇ ਵੀ ਆਊਂਗੀ, ਸਮਝਾ ਕੇ ਜਾਊਂ। ਚੰਗਾ, ਤੂੰ ਫਿਕਰ ਨਾ ਕਰ। ਨਾ ਕੋਈ ਨਾ ਪੁੱਤ, ਮੈਂ ਰਹਿ ਕੇ ਜਾਊਂ, ਰਾਤ ਰਹਿ ਕੇ ਜਾਊਂ, ਗੱਲਾਂ ਬਾਤਾਂ ਕਰਾਂਗੇ। ਚੰਗਾ, ਹੋਰ ਹਾਂ ਹਾਂ ਪੁੱਤ, ਆ ਗਏ ਠੀਕ ਨੇ। ਕੋਈ ਨਾ ਪੁੱਤ, ਕੋਈ ਨਾ, ਜ਼ਰੂਰ ਆਊਂਗੀ। ਕੋਈ ਨਾ ਪੁੱਤ, ਕੋਈ ਨਾ ਆਊਂਗੀ। ਚੰਗਾ, ਚੱਲ ਠੀਕ ਆ ਪੁੱਤ, ਚੰਗਾ। ਚੰਗਾ ਪੁੱਤ, ਚੰਗਾ। ਲਾ ਲਾ ਜਿਹੜੇ ਨੱਕੇ ਲੱਗਦੇ ਨੇ ਤੇਰਾ ਨੱਕਾ, ਤਾਂ ਇੱਕ ਦਿਨ ਮੈਂ ਹੀ ਲਾ ਦੂੰ ਚੰਗੀ ਤਰ੍ਹਾਂ, ਇਹਨੂੰ ਵੀ ਮਿੰਦੋ ਨਾ ਜਾਣੀ।